अगर आपने हमारे चैनल को सब्सक्राइब नहीं किया है तो इसे सब्सक्राइब कर लें। हिद्दरवाहा के गांव गुरुसर की कुराईवाला रोड से गुजरते मलोट रजबाहे में आज सुबह अचानक पार्ट पर गया, जिसके चलते रजबाहे के साथ लगते खेतों में तूरी बनाने के लिए पड़ी नाड़ी खराब हो गई। इस संबंधी जानकारी देते हुए गांव गुरुसर के किसानों ने बताया कि उक्त रजबाहे में सुबह करीब 6 बजे अचानक छोटा सी दरार पड़नी शुरू हुई और करीब आधे घंटे में उक्त छोटी सी दरार एक बड़े पाड में तब्दील हो गई और देखते ही देखते यह करीब 20 से 25 चौड़ी हो गई। उन्होंने बताया कि रजबाहे में पार पने से करीब 30-35 एकड़ रकबे में तूरी बनाने के लिए पड़ी गेहूं की नाट का नुकसान हो गया है। किसानों ने बताया कि उक्त रजबाहे में इस जगह के पास 7 वर्ष पार पर गया था। दूसरी तरफ विभाग की ओर से नहर की लाइनें पुरानी होने की वजह से पांग पन्ना कारण बताया। की गल बनी है जेड़ा रजबाहा टूटे? रजबाहा टूटे ओवरफ्लो पानी होन कारण टूटे। ਕਿੰਨਾ ਕੁ ਨੁਕਸਾਨ ਦੀ ਗੱਲ ਕਰੀਏ? ਨੁਕਸਾਨ 30-35 ਕਿੱਲੇ ਨਾੜ 'ਚ ਪਾਣੀ ਪੈ ਗਿਆ, ਤੂੜੀ ਬਣਾਉਣ ਵਾਲੀ ਪਈ ਸੀ। ਇੱਥੇ ਪਹਿਲਾਂ ਵੀ ਟੁੱਟਿਆ ਕਦੇ ਸੂਆ? ਪਹਿਲਾਂ ਵੀ ਟੁੱਟਿਆ 2 ਵਾਰੀ। ਅਤੇ ਕੋਈ ਮਹਿਕਮੇ ਵਾਲਾ ਆਇਆ ਜੀ? ਕੋਈ ਨਹੀਂ ਆਇਆ। 6 ਵਜੇ ਦਾ ਟੁੱਟਿਆ, 9:30 ਵੱਜ ਗਈ ਤੀਕਰ ਕੋਈ ਨਹੀਂ ਆਇਆ, 3 ਘੰਟੇ। ਇਹ ਦੱਸਿਆ ਮਹਿਕਮੇ ਨੂੰ ਜੀ? ਦੱਸਿਆ ਮਹਿਕਮੇ ਨੂੰ, ਨਾਲ ਦੀ ਨਾਲ ਹੀ ਫੋਨ ਕੀਤਾ 6 ਵਜੇ ਦਾ ਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਮੰਗ ਇਹ ਕਰਦੇ ਹਾਂ ਛੇਤੀ ਛੇਤੀ ਨੂੰ ਬੰਨਿਆ ਜਾਵੇ, ਅਜੇ ਵੀ ਪਾਣੀ ਪਈ ਜਾਂਦਾ ਅਤੇ ਜਿਹੜੀ ਸਾਡੇ ਨੁਕਸਾਨ ਹੋਇਆ ਉਹਦੀ ਪੂਰਤੀ ਕੀਤੀ ਜਾਵੇ। ਮੈਂ ਮੇਜਰ ਸਿੰਘ ਜੀ। ਕੀ ਘਟਨਾ ਘਟੀ ਹੈ ਜੀ? ਇਹ ਜੀ ਸੂਏ 'ਚ ਪਾਣੀ ਜ਼ਿਆਦਾ ਹੋਣ ਕਰਕੇ ਸੂਆ ਟੁੱਟ ਗਿਆ, ਇਹਦਾ ਕਰਕੇ ਕਿਉਂਕਿ ਤੂੜੀ ਬਣਾਉਣ ਵਾਲਾ ਲਾਣ ਪਿਆ ਸੀ 25-30 ਕਿੱਲਿਆਂ ਦੇ ਵਿੱਚ, ਉਹਦੇ ਵਿੱਚ ਪਾਣੀ ਫਿਰ ਕੇ ਬਹੁਤ ਵੱਡਾ ਨੁਕਸਾਨ ਹੋ ਗਿਆ। ਕੀ ਕਾਰਨ ਬਣਿਆ ਟੁੱਟਣ ਦਾ ਜੀ? ਪਾਣੀ ਜ਼ਿਆਦਾ ਭਰਨ ਕਰ ਜੀ, ਓਵਰਫਲੋ ਓਵਰ ਸੀਗਾ। ਅਤੇ ਕਦੋਂ ਕੁ ਟੁੱਟਿਆ ਇਹ? ਇਹ ਸੁਬਹਾ 6 ਵਜੇ ਦਾ ਜੀ। ਅਤੇ ਕਿੰਨੇ ਕੁ ਏਕੜ ਦਾ ਇਹ ਨੁਕਸਾਨ ਮੰਨੀਏ ਤਾਂ ਹੋ ਗਿਆ? 30 ਏਕੜ ਜੀ। 30 ਏਕੜ 'ਚ? ਹਾਂਜੀ। ਕੋਈ ਮਹਿਕਮੇ ਵਾਲਾ ਆਇਆ ਕੋਈ ਇਹਨੂੰ ਹਜੇ ਤੱਕ ਬੰਨਣ ਵਾਲਾ? ਮਹਿਕਮਾ ਕੋਈ ਨਹੀਂ ਆਇਆ ਜੀ। ਅਤੇ ਕੀ ਮੰਗ ਕਰਦੇ ਹੋ ਜੀ? ਅਸੀਂ ਇਹੀ ਮੰਗ ਕਰਦੇ ਹਾਂ ਜੀ, ਛੇਤੀ ਤੋਂ ਛੇਤੀ ਬੰਨ ਕੇ ਅਤੇ ਸੂਆ ਦੂਰੀਆਂ ਚਲਾਇਆ ਜਾਵੇ, ਪਾਣੀ ਬਹੁਤ ਹਜੇ ਵੀ ਪਈ ਜਾਂਦਾ, ਕੋਈ ਮਹਿਕਮੇ ਵਾਲਾ ਆਇਆ ਨਹੀਂ ਅਜੇ ਤੱਕ। ਸਰ ਇਹ ਜਿਹੜਾ ਆਪਣਾ ਸੂਏ ਦੀ ਰਜਬਾਹੇ ਦੇ ਅੱਜ ਟੁੱਟਣ ਦਾ ਕੀ ਕਾਰਨ ਹੈ ਜੀ? ਦੇਖੋ ਪਾਣੀ ਚੱਲਦਾ ਸੀਗਾ, ਪਾਣੀ 'ਚ ਲੀਕੇਜ ਹੋ ਗਈ ਅਤੇ ਜਿਹੜਾ ਰਜਬਾਹਾ ਜਿਹੜਾ ਟੁੱਟ ਗਿਆ। ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਤਾਂ ਕੋਈ ਨਹੀਂ ਹੈਗਾ, ਜ਼ਿਮੀਂਦਾਰਾਂ ਨੇ ਕਣਕਾਂ ਕੁਣਕਾਂ ਵੱਢ ਲਈਆਂ ਆਪਦੀਆਂ ਅਤੇ ਖਾਲੀ ਜਗ੍ਹਾ 'ਚ ਟੁੱਟਿਆ, ਕੋਈ ਐਸੀ ਗੱਲ ਨਹੀਂ ਹੈਗੀ ਨੁਕਸਾਨ ਵਾਲੇ। ਜਿਵੇਂ ਕਿ ਤੁਹਾਨੂੰ ਪਹਿਲਾਂ ਜ਼ਿਮੀਂਦਾਰਾਂ ਨੇ ਪਹਿਲਾਂ ਹੀ ਕੰਪਲੇਂਟ ਕਰਤੀ ਸੀ ਵੀ ਇਸ ਤਰ੍ਹਾਂ ਰਜਬਾਹਾ ਟੁੱਟਣ ਦੇ ਵੀ ਹਾਲਤ ਹੈਗੇ ਆ, ਕੀ ਤੁਸੀਂ ਇੱਕ ਇਹਦੀ ਨਗੈਲੀ ਕੀਤੀ ਵੀ ਕਿ ਉਹਨੂੰ ਪਹਿਲਾਂ ਨਹੀਂ ਤੁਸੀਂ ਉਹਦੀ ਦੇਖਭਾਲ ਕੀਤੀ? ਨਹੀਂ ਨਹੀਂ, ਸਾਡੇ ਫੀਲਡ ਸਟਾਫ ਉੱਪਰ ਹੀ ਹੁੰਦਾ, ਸਾਡੀ ਦੇਖ ਰੇਖ 'ਚ ਹੀ ਹੁੰਦਾ, ਜਿਹੜਾ ਕੁਛ ਹੁੰਦਾ, ਕੋਈ ਨਗੈਲੀ ਨਹੀਂ ਹੋਈ ਸਾਡੇ। ਯਾਨੀ ਕਿ ਇਹ ਜਿਹੜਾ ਟੁੱਟਿਆ ਤੁਹਾਡੀ ਦੇਖ ਰੇਖ 'ਚ ਹੀ ਟੁੱਟਿਆ? ਹਾਂ, ਸਾਡਾ ਫੀਲਡ ਸਟਾਫ ਹੁੰਦਾ ਗੇਟ 'ਤੇ, ਫੀਲਡ ਸਟਾਫ ਸੂਚਿਤ ਕਰਦਾ, ਅਸੀਂ ਹੈਡ ਤੋਂ ਪਾਣੀ ਬੰਦ ਕਰਾਤਾ ਸੀਗਾ। ਅਤੇ ਫਿਰ ਇਹ ਟੁੱਟਣ ਦਾ ਕਾਰਨ ਕੀ ਹੋਇਆ ਜੀ? ਜਦੋਂ ਤੁਹਾਨੂੰ ਪਤਾ ਸੀ ਫੀਲਡ ਸਟਾਫ ਤੋਂ ਡਾਊਟ ਠੀਕ ਆ? ਟੁੱਟਣ ਦਾ ਕਾਰਨ ਇਹ ਹੈ ਵੀ ਨਹਿਰ ਦੀ ਲਾਈਨਿੰਗ ਜਿਹੜੀ ਹੈ ਪੁਰਾਣੀ ਹੋ ਚੁੱਕੀ ਹੈ, ਨਹਿਰ ਦਾ ਸਾਡੇ ਕੋਲ ਪ੍ਰੋਜੈਕਟ ਪਾਸ ਹੈ, ਜਦੋਂ ਫੰਡ ਜਲਦੀ ਉਪਲਬਧ ਹੋ ਜਾਣਗੇ ਸਾਡੇ ਕੋਲ ਅਤੇ ਰੀਲਾਈਨਿੰਗ ਦਾ ਜਿਹੜਾ ਕੰਮ ਜਿਹੜਾ ਜਲਦੀ ਸ਼ੁਰੂ ਕੀਤਾ। ਪਹਿਲਾਂ ਇਸ 'ਤੇ ਕੋਈ ਵਰਕ ਹੋਇਆ 1-2 ਸਾਲਾਂ ਦੇ ਵਿੱਚ? ਨਹੀਂ ਕੋਈ, ਜਦੋਂ ਨਹਿਰ ਦੀ ਲਾਈਨਿੰਗ ਹੀ ਪੁਰਾਣੀ ਹੋ ਚੁੱਕੀ ਹੈ, ਕੰਮ ਤਾਂ ਕਦੋਂ ਹੋਣਾ? ਸਰ ਇਸ ਤੋਂ ਪਹਿਲਾਂ ਵੀ ਇਹ 2 ਵਾਰ ਟੁੱਟ ਚੁੱਕਿਆ, ਕਿਸਾਨਾਂ ਦਾ ਕਹਿਣਾ? ਦੇਖੋ ਉਹੀ ਹੈ ਨਾ ਜੀ, ਲਾਈਨਿੰਗ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ, ਇਹਦਾ ਸਾਡੇ ਕੋਲ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ, ਇਹਦੇ ਸਾਡੇ ਕੋਲ ਟੈਂਡਰ ਵੀ ਅਸੀਂ ਲਾ ਦਿੱਤੇ ਹੋਏ ਹੈ, ਪਹਿਲਾਂ ਦੇ ਹੋ ਚੁੱਕੇ ਆ, ਹੁਣ ਸਿਰਫ ਸਾਡੇ ਕੋਲ ਫੰਡ ਪਲਾਉਣ ਜਲਦੀ ਉਪਲਬਧ ਹੋ ਜਾਣਗੇ ਅਤੇ ਅਸੀਂ ਕੰਮ ਸ਼ੁਰੂ ਕਰ ਦਾਂਗੇ। ਅਜੀ ਸਾਹਿਬ ਅੱਜ ਕੱਲ੍ਹ ਸਵੇਰੇ ਕਿਹਾ ਉਹਨਾਂ ਨੇ ਕਿ ਜਦੋਂ ਹਲੇ ਸਟਾਰਟ ਹੋਣ ਲੱਗੇ, ਜਸਟ ਵਾਲੇ ਦਰਾਰ ਹੀ ਸੀ ਛੋਟੀ ਜੀ, ਉਦੋਂ ਹੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਲੇਕਿਨ ਵਿਭਾਗ ਨੇ ਫਿਰ ਵੀ ਉਹਦੇ 'ਤੇ ਜਿਹੜਾ ਪਾਣੀ ਨੂੰ ਬੰਦ ਨਹੀਂ ਕੀਤਾ? ਨਹੀਂ ਨਹੀਂ ਜੀ, ਹੈੱਡ ਤੋਂ ਅਸੀਂ ਉਦੋਂ ਨਾਲ ਦੀ ਲਏ ਨਹੀਂ ਜਦੋਂ ਸਾਡੇ ਕੋਲ ਸੂਚਨਾ ਮਿਲੀ ਹੈ, ਉਸ ਤੋਂ ਪਰੰਤ ਹੀ ਅਸੀਂ ਜਿਹੜਾ ਹੈੱਡ ਤੋਂ ਪਾਣੀ ਬੰਦ ਕਰ ਦਿੱਤਾ ਸੀ। ਇਹ ਸੁਬਹਾ 6 ਵਜੇ ਟੁੱਟਿਆ ਸੀਗਾ ਜੀ, ਤੁਸੀਂ ਕਦੋਂ ਤੱਕ ਜਿਹੜੇ ਉੱਥੇ ਪਹੁੰਚ ਗਏ? ਅਸੀਂ ਮੌਕੇ 'ਤੇ ਪਹੁੰਚ ਕੇ ਸੀ, ਸਾਡੇ ਜੇਈ ਸਾਹਿਬ ਕਿਸਾਨਾਂ ਦਾ ਕਹਿਣਾ ਤਾਂ ਜੀ, ਉਹ ਤਾਂ ਮਤਲਬ ਜਦੋਂ ਤੱਕ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਹੈ 10 ਵਜੇ ਤੱਕ, ਉਹ ਕਹਿੰਦੇ ਸਾਡੇ ਕੋਲ ਕੋਈ ਮਹਿਕਮੇ ਦਾ ਬੰਦਾ ਨਹੀਂ। ਨਹੀਂ ਜੀ, ਮੈਂ ਗੇੜਾ ਮਾਰ ਕੇ ਆਇਆ ਉੱਥੇ, ਗੇੜਾ ਮਾਰ ਕੇ ਆਇਆ, ਸਾਡਾ ਫੀਲਡ ਸਟਾਫ ਗੇੜਾ ਮਾਰਨਾ ਅਤੇ ਕੰਮ ਸ਼ੁਰੂ ਕਰਨ 'ਚ ਫਰਕ ਹੁੰਦਾ ਜੀ? ਦੇਖੋ ਜੀ, ਕੰਮ ਅਸੀਂ ਸ਼ੁਰੂ ਕਰਵਾਤਾ ਠੇਕੇਦਾਰ ਨੂੰ, ਕਹਿਤਾ ਉਹ ਜਲਦੀ ਜਿਹੜੀ ਅਸੀਂ ਕਿੰਨੇ ਕੁ ਵਜੇ ਕੰਮ ਸ਼ੁਰੂ ਕਰਵਾਤਾ ਸੀ? ਕੰਮ ਅਸੀਂ ਉਦੋਂ ਹੀ ਕਹਿਤਾ ਸੀ, ਇਮੀਡੀਏਟਲੀ ਠੇਕੇਦਾਰ ਦੀ ਏਜੰਸੀ ਨੂੰ ਲਾਤਾ ਸੀਗਾ ਕੰਮ ਸ਼ੁਰੂ। ਗਿੱਦੜਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ। अगर आपने हमारे चैनल को सब्सक्राइब नहीं किया है तो इसे सब्सक्राइब कर लें।